ਆਪਣੇ ਪਰ ਕਾਉਤੇ ਵਿਵਾਦਿਤ ਬਿਆਨ ਕਰਕੇ ਚਰਚਾ ਵਿੱਚ ਰਹਿਣ ਵਾਲੇ ਕਾਂਗਰਸੀ ਲੀਡਰ ਗੁਰਸਿਮਰਨ ਸਿੰਘ ਮੰਡ ਨੂੰ ਗੈਂਗਸਟਰ 골ਡੀ ਬਰਾੜ ਦੇ ਵੱਲੋਂ ਧਮਕੀਆਂ ਦੇਣ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਹੈ ਇਸ ਦੇ ਨਾਲ ਹੀ ਪਿੰਡ ਦਾਦ ਸਰਾਬਾ ਨਗਰ ਐਕਸਟੈਂਸ਼ਨ ਮੰਡ ਦੇ ਘਰ ਦੀ ਗਲੀ ਨੂੰ ਵੀ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਗਲੀ ਦੇ ਵਿੱਚ ਬੈਰੀਕੇਡ ਤੇ ਮਿੱਟੀ ਦੀਆਂ ਬੋਰੀਆਂ ਲਾ ਕੇ ਬੰਕਰ ਬਣਾ ਦਿੱਤੇ ਗਏ ਨੇ ਤੇ ਮੰਡ ਦੇ ਘਰ ਮੂਰੇ ਖਾਲੀ ਥਾਂ ਤੇ ਪੜਦਾ ਪਾ ਦਿੱਤਾ ਗਿਆ ਉਹਨੂੰ ਕਵਰ ਕਰ ਦਿੱਤਾ ਗਿਆ ਪੁਲਿਸ ਨੇ ਮੰਡ ਨੂੰ ਸਖਤ ਹਦਾਇਤ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਅਪਲੋਡ ਨਾ ਕਰੇ ਤੇ ਕਿਸੇ ਵੀ ਚੈਨਲ ਨੂੰ ਇੰਟਰਵਿਊ ਨਾ ਦੇਵੇ। ਗੋਲਡੀ ਬ੍ਰਾਂਡ ਨੇ ਮੰਡ ਨੂੰ ਧਮਕੀ ਦਿੱਤੀ ਸੀ ਕਿ ਉਸ ਦਾ ਹਾਲ ਵੀ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਵਰਗਾ ਹੀ ਕੀਤਾ ਜਾਵੇਗਾ ਜੇ ਉਹ ਆਪਣੇ ਭੜਕਾਊ ਬਿਆਨ ਦਾਗਣ ਤੋਂ ਨਾ ਹਟਿਆ। ਜਿਸ ਤੋਂ ਬਾਅਦ ਮੰਡ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਹਿਮਾਚਲ ਪ੍ਰਦੇਸ਼ ਦੇ ਵਿੱਚ ਕੱਲ ਵਿਧਾਨ ਸਭਾ ਚੋਣਾਂ ਦਾ ਕੰਮ ਅਮਨੋ ਆਮਾਨ ਦੇ ਨਾਲ ਨੇਪਰੇ ਚੜ੍ਹ ਗਿਆ ਹੈ ਤੇ देर रात ਤੱਕ ਮਿਲੇ ਅੰਕੜਿਆਂ ਦੇ ਮੁਤਾਬਿਕ ਹਿਮਾਚਲ ਦੇ ਵਿੱਚ 7 ਤਰਫੀ ਸਿਤੋ ਵੀ ਵੱਧ VOTING ਹੋਈ ਹੈ ਚੋਣ ਕਮਿਸ਼ਨ ਨੇ ਵੋਟਾਂ ਸੰਬੰਧੀ ਅਸਥਾਈ ਅੰਕੜਿਆਂ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਦਿੱਤੀ ਹਾਲਾਂਕਿ ਜਿਹੜੇ ਫਾਈਨਲ ਅੰਕੜੇ ਨੇ ਹਾਲੇ ਜਾਰੀ ਕੀਤੇ ਜਾਣੇ ਨੇ ਹਾਲਾਂਕਿ ਕੱਲ ਵੋਟਾਂ ਵਾਲੇ ਦਿਨ VOTERਾਂ ਦੇ ਵਿੱਚ ਉਤਸ਼ਾਹ ਕਾਫੀ ਵੱਡਾ ਦਿਖਾਈ ਦੇ ਰਿਹਾ ਸੀ ਪਰ ਪਿਛਲੀਆਂ ਦੋ ਵਿਧਾਨ ਸਭਾ ਦੀਆਂ ਚੋਣਾਂ ਦੇ ਮੁਕਾਬਲੇ ਇਸ ਵਾਰੀ ਘੱਟ ਵੋਟਾਂ ਪਈਆਂ ਨੇ 2017 ਦੇ ਵਿੱਚ 75.57% ਦੀ VOTING ਹੋਈ ਸੀ 12 ਦੇ ਵਿੱਚ 73.5% ਹੋਈ ਸੀ ਪਰ ਐਤ ਕੀ 70% ਤੱਕ VOTING ਰੈ ਗਈ ਹੈ ਸਭ ਤੋਂ ਵੱਧ ਵੋਟਾਂ ਸਿਰਾਜ ਅਤੇ ਸਭ ਤੋਂ ਘੱਟ ਵੋਟਾਂ ਬੈਜਨਾਥ ਹਲਕੇ ਦੇ ਵਿੱਚ ਪਈਆਂ ਦੁਨੀਆ ਦੇ ਸਭ ਤੋਂ ਉੱਚੇ ਪੋਲਿੰਗ ਬੂਥ ਤਾਸ਼ੀ ਗੈਂਗ ਦੇ ਵਿੱਚ 98.8% ਦੀ VOTING ਹੋਈ ਹੈ ਤੇ ਹਿਮਾਚਲ ਦੇ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਬੀਜੇਪੀ ਦਰਮਿਆਨ ਹੀ ਰਿਹਾ ਹੈ ਆਮ ਆਦਮੀ ਪਾਰਟੀ ਵੀ ਇੱਥੇ ਕੁੱਦੀ ਹੋਈ ਸੀ ਪਰ ਕੋਈ ਖਾਸ ਜਿਹੜਾ ਬੋਲਬਾਲਾ ਆਮ ਆਦਮੀ ਪਾਰਟੀ ਦਾ ਨਹੀਂ ਦਿਖਾਈ ਦਿੱਤਾ 8 ਦਸੰਬਰ ਨੂੰ ਹਿਮਾਚਲ ਚੋਣਾਂ ਦੇ ਨਤੀਜੇ ਆ ਜਾਣਗੇ ਸੂਰੀ ਕਤਲकांड ਵਿੱਚ ਮੁੱਖ ਮਲਜ਼ਮ ਸੰਦੀਪ ਸਿੰਘ ਸਣੀ ਨੂੰ ਕੱਲ ਰਿਮਾਂਡ ਖਤਮ ਹੋਣ ਤੋਂ ਬਾਅਦ ਮੋੜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ ਪੇਸ਼ੀ ਤੇ ਜਾਂਦੇ ਸਮੇਂ ਸੰਦੀਪ ਸਿੰਘ ਸਣੀ ਨੇ ਜੈਕਾਰੇ ਵੀ ਗੂੰਜਾਏ ਤੇ ਇਸ ਮੌਕੇ ਸਿੱਖ ਜਥੇਬੰਦੀਆਂ ਦੇ ਕਾਰਕੁਨ ਵੀ ਅਦਾਲਤੀ ਕੈਂਪਸ ਦੇ ਵਿੱਚ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਨਾਅਰੇਬਾਜ਼ੀ ਕੀਤੀ ਹਾਲਾਂਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਅਦਾਲਤ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਸਖਤ ਪ੍ਰਬੰਧ ਕੀਤੇ ਹੋਏ ਸਨ ਸਣੀ ਦੇ ਕੇਸ ਦੀ ਪੈਰਵਾਈ ਹਾਈ ਕੋਰਟ ਦੇ ਵਕੀਲ ਨਵਕਿਰਨ ਸਿੰਘ ਵੀਪੀਐਸ ਪਾਰਟੀ ਆ ਭਗਵੰਤ ਸਿੰਘ ਸਿਆਲ ਕਾ ਮਨਦੀਪ ਸਿੱਧੂ ਜਸਵੀਰ ਸਿੰਘ ਤੇ ਸਤਨਾਮ ਸਿੰਘ ਕਰ ਰਹੇ ਨੇ ਜਿਹੜੇ ਅਦਾਲਤ ਵਿੱਚ ਪੇਸ਼ ਹੋਏ। ਕੁੱਲ 11 ਵਕੀਲ ਸੰਦੀਪ ਸਿੰਘ ਸਨੀ ਦੀ ਪੈਰਵਾਈ ਦੇ ਲਈ ਅੱਗੇ ਆਏ ਨੇ। ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਲੰਘੇ ਦਿਨ ਹਵਾਲਾਤਿਆਂ ਵਿਚਾਲੇ ਹੋਏ ਝਗੜੇ ਦੇ ਵਿੱਚ 8 ਹਵਾਲਾਤੀ ਗੰਭੀਰ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਜੇਲ੍ਹ ਦੇ ਵਿੱਚ ਕੁੱਟਮਾਰ ਕਰਨ ਦੇ ਦੋਸ਼ 'ਤੇ 9 ਹਵਾਲਾਤਿਆਂ ਦੇ ਖਿਲਾਫ ਪਰਚਾ ਵੀ ਦਰਜ ਕੀਤਾ ਗਿਆ ਹੈ। ਨਜਾਇਜ਼ ਮਾਈਨਿੰਗ ਦੇ ਦੋਸ਼ 'ਤੇ ਗ੍ਰਿਫਤਾਰ ਕੀਤੇ ਵੱਡੇ ठेकेदार ਰਾਕੇਸ਼ ਚੌਧਰੀ ਨੂੰ ਪੁਲਿਸ ਨੇ ਕੱਲ ਨੰਗਲ ਦੀ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਉਸ ਨੂੰ 2 ਦਿਨਾਂ ਦੇ ਪੁਲਿਸ ਰਿਮਾਨਟ ਤੇ ਭੇਜ ਦਿੱਤਾ ਹੈ ਪਿਛਲੇ ਦਿਨ ਰਾਕੇਸ਼ ਚੌਧਰੀ ਨੂੰ ਰੋਪੜ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਇਹ ਗ੍ਰਿਫਤਾਰੀ ਮਹਾਰਾਜਾ ਰਣਜੀਤ ਬਾਗ ਦੇ ਨੇੜੇ ਹੋਈ ਸੀ